खबर विस्तार से। फगवाड़ा के मोहल्ला सतनमपुरा में आज उस समय जबरदस्त हंगामा हो गया जब तीन महिलाएं एक गाय को बुरी तरह जख्मी हालत में मोहल्ले में छोड़ने की फिराक में थी। शक होने पर मोहल्ला निवासियों ने उनको रोककर पूछने की कोशिश की तो उन्होंने मोहल्ले की महिलाओं के साथ बुरा बर्ताव किया। मोहल्ला निवासियों ने फगवाड़ा की एनजीओ एनिमल सेवियर्स 2016 की प्रमुख मैडम निधि वालिया को संपर्क किया। उन्होंने मौके पर आकर पुलिस को कंप्लेंट की तथा गाय को मेडिकल तथा अन्य कार्रवाई पूरी करने के बाद लुधियाना की गौशाला में भेजने का प्रबंध किया। थाना सतनामपुर पुलिस ने इस मामले में बनती कार्रवाई करने का भरोसा दिया। पंजाब के फगवाड़ा से संवाददाता रमन बहल, स्टेट हेड सहयोगी कैमरामैन सुशील कुमार की खास रिपोर्ट। मीडिया जाऊगा मुलाजम थाने लिख के देख के जाए भी उठे रखूगा अस महीने बाद जाइए दसी दिन जाइए सद लो अस नहीं कारवाई पाते गां लै जाओ अपनी जिम्मेवार वाला कोई बंदा सदो चल पहचानो चल लै चलो पहले फोन के नहीं नंबर है नहीं किसी फिर फोन भी निकल ऐदा नहीं होनी पुलिस भी से बात कर रही हूँ मैं। सर आपको इनका पता है क्या नाम है आपका? आपकी बोलिए जी कौन है आप? हाँ चाचा जी मेरे को गलती हो गई मैं बागचो बोल रही बख्शो बोल दिया जी ए अपने घर दी गां इत्थे छड्डन आई है जी बहुत खराब कंडीशन ते इन्नी बुरी कंडीशन है उत्ते तुरया नहीं जा रहा सर बख्शो अपने घर दी गां इत्थे आवारा छड्डन आई सी सर हेलो मैं क्या सर आवारा अपने घर दी गां इत्थे आवारा छड्डन आई सी की सतनामपुरे फड़ी है अपने घर दी गां आवारा छड्डन आई सी
ਵੰਡਰ ਹੋ ਗਈ ਦੁੱਧ ਨਹੀਂ ਦਿੰਦੀ ਹੋਣੀ ਬੋਝ ਲੱਗਦੀ ਹੋਣੀ ਇਹਨਾਂ ਦਾ ਨਾਂ ਕਿਉਂ ਲਿਆ ਇਹਨਾਂ ਨੇ ਇਹ ਇਹਨਾਂ ਦੇ ਚਾਚਾ ਜੀ ਲੱਗਦੇ ਜੀ ਹੁਣ ਵਿਕਰ ਤੇ ਗੱਲ ਕਰਾਇਓ ਚਾਚਾ ਜੀ ਗੱਲ ਕਰੋ ਜੀ ਹਾਂਜੀ ਕੋਲ ਸਾਹਿਬ ਮੈਂ ਰਮਨ ਬੈਲ ਬੋਲ ਰਿਹਾ ਜੀ ਇੰਡੀਆ ਰਿਪਬਲਿਕ ਨਿਊਜ਼ ਤੋਂ ਸਰ ਮੈਨੂੰ ਇੱਕ ਗੱਲ ਦਾ ਜਵਾਬ ਦਈਓ ਕਿ ਇਹਨਾਂ ਨੇ ਪੈਂਦੇ ਸੱਟੇ ਤੁਹਾਡਾ ਨਾਮ ਲਿਆ ਵਾ ਇਹ ਇੱਕ ਗਾਂ ਨੂੰ ਛੱਡਣ ਆਏ ਆ ਜਿਹਦੀ ਹਾਲਤ ਬਹੁਤ ਜ਼ਿਆਦਾ ਕੰਡੀਸ਼ਨ ਖਰਾਬ ਹੈ ਠੀਕ ਹੈ ਜੀ ਮੁਹੱਲੇ ਦੇ ਵਿੱਚ ਰਾਤ ਦੇ ਹਨੇਰੇ 'ਚ ਛੱਡਣ ਆਏ ਜਿਹਨਾਂ ਨੂੰ ਮੁਹੱਲੇ ਵਾਲਿਆਂ ਨੇ ਫੜਿਆ ਵਾ ਅਤੇ ਨਾਮ ਇਹਨਾਂ ਨੇ ਵਾਰੀ ਵਾਰੀ ਤੁਹਾਡਾ ਲਿਆ ਜੀ ਗਾਂ ਗਾਂ ਸਰ ਗਾਂ ਜ਼ਖਮੀ ਗਾਂ ਤੁਹਾਨੂੰ ਦੱਸੀ ਜਾਂਦਾ ਸਰ ਇਹ ਤੁਹਾਡਾ ਨਾਂ ਲੈਂਦੇ ਜੀ ਗਾਂ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਖੜੀ ਵੀ ਨਹੀਂ ਹੁੰਦਾ ਤੁਸੀਂ ਸਰ ਆਓ ਇੱਥੇ ਦੇਖੋ ਉਹਦਾ ਹਾਲ हां चाचा जी मैं गां ना लेके आई जी चलो मेरे को गलती हो गई मैं मुड़ के इदा दी गलती नहीं करती नहीं ये गां है हां जी चाचा जी अपनी गां सी की ते ओ मैं छड्डन आ गए चलो मैं मुड़ के इदा दी गलती नहीं करती ਹੁਣ ਨਹੀਂ ਮੈਂ ਮੁੜ ਕੇ ਗਲਤੀ ਕਰੂੰਗੀ ਇੱਦਾਂ ਦੀ ਮੈਂ ਕਿਹਾ ਚਲੋ ਮੇਰੇ ਘਰ ਛੱਡਿਓ ਮੈਂ ਆਪੇ ਹੀ ਰੱਖੂੰਗੀ ਉਹਨੂੰ ਮੈਂ ਇਲਾਜ ਵੀ ਉਹਦਾ ਕਰਾ ਲਊਂਗੀ ਹਾਂਜੀ ਇਹ ਕਹਿੰਦੇ ਤੁਸੀਂ ਕਿੱਥੇ ਰਹੇ ਆ ਮੈਂ ਕਿਹਾ ਉਹ ਮੇਰਾ ਚਾਚਾ ਆ ਚਲੋ ਚਾਚਾ ਮੈਂ ਹੁਣ ਤੁਹਾਡੀ ਮਿਹਨਤ ਕਰਦੀ ਹਾਂ ਵੀ ਮੈਂ ਮੁੜ ਕੇ ਮੈਂ ਨਹੀਂ ਗਾਂ ਛੱਡੂੰਗੀ ਵੀ ਮੈਂ ਮੁੜ ਕੇ ਨਹੀਂ ਗਾਂ ਛੱਡੂਗੀ ਇਹਦਾ ਮੈਂ ਇਲਾਜ ਕਰਾ ਲਊਂਗੀ ਮੈਂ ਗੱਲ ਕਰਾ ਦਿੰਦਾ ਗਊ ਦਾ ਲਾ ਲੈਣਾ ਬਾਬਾ ਜੀ ਕੋ ਸਵਾਸ ਪਵਾ ਲੈਣੇ ਨਹੀਂ ਨਹੀਂ ਚਾਚਾ ਵੀ ਹੁਣ ਗੱਡੀ ਕਰਾ ਦਿੰਦਾ ਮੈਂ ਇਲਾਜ ਕਰਾ ਲਊਂਗੀ ਪਰ ਇਹ ਕੰਮ ਥੋੜੋ ਹੈਗਾ ਜੀ ਕਿੰਨੇ ਐਗਜ਼ਾਮ ਲਾਂਗੇ ਵੀ ਹੁਣ ਮੈਂ ਪੱਕਾ ਹੀ ਇਹਦਾ ਇਲਾਜ ਕਰਾਉਂਗੀ ਗਾਂ ਦਾ ਮੈਂ ਕੰਨਾ ਹੱਥ ਦੂ ਮੈਂ ਜਾਨੀ ਮੁੜ ਕੇ ਨਹੀਂ ਛੱਡਣ ਆਉਂਗੀ ਮੈਂ ਹੁਣ ਇਲਾਜ ਕਰਾਉਂਗੀ ਇਹਦਾ ਜੀ ਪੁੱਛੋ ਇਹਦਾ ਇਹਨਾਂ ਦਾ ਨਾਮ ਕੀ ਸਰ ਤੁਹਾਡਾ ਨਾਂ ਕੀ ਹੈ ਪਹਿਲਾਂ ਤਾਂ ਪੂਰਾ ਨਾਂ ਦੱਸੋ ਤੁਹਾਡਾ ਨਾਮ ਪੂਰਾ ਕੀ ਹੈ ਸਰ ਮੇਰਾ ਨਾਮ ਰਮੇਸ਼ ਕੋਲੀ ਹੈ ਐਮਪੀ ਆ ਅੱਛਾ ਜੀ ਆਪਣੇ ਹੀ ਮੱਲੇ ਦੀ ਹੈ ਲੇਡੀ ਚਲੋ ਸਰ ਤੁਹਾਨੂੰ ਆਣਾ ਚਾਹੀਦਾ ਤੁਹਾਡੇ ਮੱਲੇ ਦੀ ਇਹ ਚਾਚਾ ਜੀ ਕਹਿ ਰਹੀ ਹੈ ਗਲਤੀ ਤਾਂ ਇਹਨੇ ਕੀਤੀ ਹੈ ਤੁਹਾਡੇ ਸਾਹਮਣੇ ਕੱਲ ਪਰਸੋਂ ਜਿਹੜੇ ਟਾਂਡੇ ਇੰਨੀਆਂ ਗਾਵਾਂ ਮਾਰੀਆਂ ਗਈਆਂ ਉਸ ਤੋਂ ਬਾਅਦ ਉਹ ਬੰਦੇ ਫੜੇ ਗਏ ਇਹੋ ਜਿਹੇ ਬੰਦੇ ਕਾਰਨ ਹੁੰਦੇ ਨੇ ਉਹ ਗਾਵਾਂ ਦੇ ਮਰਨ ਦੇ ਪਿੱਛੇ ਵੀ ਕਿਉਂਕਿ ਘਰ ਦੀਆਂ ਗਾਵਾਂ ਛੱਡੀਆਂ ਸੀ ਤੇ ਲੋਕਾਂ ਨੇ ਵੱਢ ਦਿੱਤੀਆਂ रमन बैल बोलिया जी मैं क्या मैनू एक गल दसो कि जे ने किया तुहाडा नाम जो लै रही है एमसी साहब का यह सही किया तुहाडे हिसाब नाल ਤੁਸੀਂ ਤੁਸੀਂ ਨਹੀਂ 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 ਤੁਸੀਂ ਕਹਿੰਦੇ ਹੋ ਸਰ ਮੇਰੀ ਗੱਲ ਸੁਣੋ ਐਮ ਸੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਪਾਰਕ ਹੈ ਪਾਰਕ 'ਚ ਕਈ ਲੋਕ ਛੱਡ ਜਾਂਦੇ ਆ ਹਨਾ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ ਅਤੇ ਇਹਦਾ ਮਤਲਬ ਜੇ ਇਹ ਵੀ ਛੱਡ ਕੇ ਜਾਣ ਤਾਂ ਤੁਸੀਂ ਇਹਨੂੰ ਸਹੀ ਠਹਿਰਾਉਂਦੇ ਹੋ ਵੀ ਤੁਹਾਡੇ ਵੱਲ ਕੋਈ ਛੱਡ ਕੇ ਜਾਂਦਾ ਹੈ ਕਿਸੇ ਕਿਤੇ ਛੱਡ ਹੈ ਫਿਰ ਤੁਹਾਡਾ ਨਾਮ ਲੈ ਰਿਹਾ ਇਹ ਐਮ ਸੀ ਲੋਕ ਇਸ ਕੰਮ ਕਰਕੇ ਤਾਂ ਨਹੀਂ ਬਣਾਉਂਦੇ ਸਰ ਤੁਸੀਂ ਕੌਂਸਲਰ ਹੋ ਸਰ ਤੁਹਾਡੀ ਰਿਸਪੋਂਸਿਬਿਲਟੀ ਹੈ ਤੁਸੀਂ ਰੋਕਣਾ ਹੈ ਹਾਂਜੀ ਤੁਸੀਂ ਦੀਦੀ ਨੂੰ ਕੀ ਕਿਹਾ ਤੁਸੀਂ ਕਿਹਾ ਕਿ ਇਹਦੇ ਵਿੱਚ ਕੀ ਕਰ ਸਕਦੇ ਹਾਂ ਜੀ ਸਾਡੀ ਇੱਥੇ ਸਾਡੇ ਕੋਲ ਪਾਰਕ ਹੈ ਇੱਥੇ ਪਾਰਕ 'ਚ ਕਈ ਲੋਕ ਛੱਡ ਜਾਂਦੇ ਰਾਤ ਨੂੰ ਤੁਸੀਂ ਸਾਨੂੰ ਫੋਨ ਕਰਕੇ ਸੱਦੋ ਅਸੀਂ ਆਵਾਂਗੇ ਪਰੇਸ਼ਾਨ ਹੋ ਕੇ ਇਲਾਜ ਕਰਾਣਗੇ ਗਾਂ ਤਾਂ ਤੁਰਦੀ ਨਹੀਂ ਕਿੱਦਾਂ ਲੈ ਕੇ ਜਾਣਗੇ
ਅਸੀਂ ਪ੍ਰੋਪਰ ਚੈੱਕ ਕਰਾਂਗੇ ਫਿਰ ਇਹਨਾਂ ਦਾ ਐਡਰੈਸ ਲੈ ਲਈ ਉਹਦਾ ਫਿਰ ਮੈਂ ਸਰ ਐਡਰੈਸ ਇਹਨਾਂ ਕੋ ਪੈਸੇ ਵੀ ਹੈ ਨਹੀਂ ਗੱਡੀ 'ਚ ਲੈ ਕੇ ਜਾਣ ਦੇ ਗਾਂ ਨੂੰ ਚਲੋ ਉੱਥੇ ਜਾ ਕੇ ਪੈਸੇ ਦੇ ਦਵਾਂਗੇ ਉੱਥੇ ਦੇ ਦਵਾਂਗੇ ਹੱਥ ਮੈਂ ਤਾਂ ਸਿੱਧੀ ਪੁਲਿਸ ਕਾਰਵਾਈ ਕਰਾਉਂਗੀ ਸਰ ਲਾਸਟ ਬੰਦੇ ਨਾਲ ਕੀ ਕਹਿੰਦੇ ਕਹਿੰਦਾ ਇਹਨਾਂ ਨੂੰ ਦੇ ਦਿਓ ਇਲਾਜ ਕਰਾਣਗੇ ਨਹੀਂ ਕਰਾਇਓ ਕਾਰਵਾਈ ਕਹਿੰਦੇ ਕਰਾਓ जनानी हो के एक मां हो के तू एक दूजी मां नु दुखी कर रही है कलयुग है कलयुग मानती है मैं कलयुग लेकिन कलयुग दी मां मैं आ देख ली तुसी भी हिंदू हो तू ये इस बारे सोचो दूजी मां ना ये कर रही है ये पूजन योग है किथे जाके भोगेंगी कमाइयां खा लईयां सब कुछ कर लिया आज रुलन नु तू सड़क ते छड़ता रोज इनियां खबरां आंदियां तू केड़े कर्मा दी सजा पाएंगी तू आप सोच बच्चियां दा सोच बंदा बहुत बुरी तरह भोगदा है जानवरां दी कमाई खानी सौखी आ पकड़ी एक की मामला की है जी एक्चुअली सर मुझे कॉल आई थी कि तीन चार लेडीज़ एक गाय को लेकर यहाँ पर छोड़ने आई है तो जब मैंने मौके पे आके देखा तो वो कोई हरियाबाद के पास कोई जगह है जहाँ पर उसने अपनी गाय जो पालतू थी जो घर पे रखी हुई थी उसको आज ऐसी बुरी हालत में ये सतनामपुरा के स्वीट्स के पास जो शुगर मिल की तरफ रास्ता जाता है वहाँ पर लेकर उसको छोड़ने की जगह ढूंढ रही थी जहाँ पर गाय ने थक कर बैठ गई जिससे चला नहीं गया उसकी कंडीशन इतनी बुरी है कि आप उसके ज़ख्म देख सकते हैं उसकी हालत देख सकते हैं उसकी रिब्स निकली हुई है और वो भूखी है और इस वक्त हम रात के मेरे ख्याल से 9:30 के आसपास बज रहे हैं तो यहाँ के आसपास के लोगों से मदद लेकर पुलिस की हेल्प से हमने उसको अभी एक रात के लिए यहाँ पे रखवाया है सुबह इसका मेडिकल करवा के फिर इसे गौशाला शिफ्ट करवाते हैं और कोशिश करेंगे कि इसकी आगे प्रॉपर अच्छे से देखभाल हो और इस औरत के खिलाफ मैं कार्रवाई चाहूँगी क्योंकि इन जैसी औरतें ही कारण हैं औरतें क्या और लोग भी हैं जो घर की पालतू गाय जो दूध देना बंद कर देती हैं उसके बाद वो सड़क पे छूट जाती हैं छोड़ी जाती हैं और छोड़ी जाने के बाद उनका जो टांडे में हाल हुआ है ना वो बेचारी गायें भोगती हैं आज इस रात को ये सोच रही थी कि मैं बेघर हो रही हूँ मुझे बहुत दुख होता है कि हम हिंदू हैं और वो औरत खुद भी हिंदू है जिसने एक माँ होकर दूसरी माँ को बेघर कर रही है क्या ये हमारा सिस्टम है कब जागेगा हमारा सिस्टम और कब ऐसी कार्रवाई होगी इन जैसे लोगों के खिलाफ कि जानवर रखना ही नहीं जब तक है घर वालों के साथ भी यही व्यवहार करते हैं बुढ़े हो जाते हैं घर से निकाल देते हैं आज जानवरों के साथ भी यही सब कुछ कर रहे हैं ये लोग ਤੁਸੀਂ ਉਹਨਾਂ ਨੂੰ ਪੁੱਛਿਆ ਇਹ ਉਹਨਾਂ ਦੀ ਪਹਿਲਾਂ ਪਾਲਤੂ ਸੀ ਗਾਂ ਕਿ ਹਾਂਜੀ ਬਿਲਕੁਲ ਪਾਲਤੂ ਥੀ ਮੈਂ ਉਸਕੇ ਘਰ ਪਰ ਜਾਕਰ ਪੁਲਿਸ ਕੇ ਸਾਥ ਦੇਖਣਾ ਚਾਹੂੰਗੀ ਕਿ ਔਰ ਕਿਤਨੀ ਗਾਈਆਂ ਹੈ ਅਗਰ ਵੋ ਪ੍ਰੋਪਰ ਕੰਡੀਸ਼ਨ ਮੇ ਨਹੀਂ ਹੈ ਯੇ ਫੈਮਿਲੀ ਇਸ ਕੰਡੀਸ਼ਨਸ ਮੇ ਨਹੀਂ ਹੈ ਕਿ ਉਨਕੋ ਰੱਖ ਸਕੇ ਤੋ ਮੈਂ ਉਨਕੋ ਵੀ ਇੱਕ ਸੂਟੇਬਲ ਜਗ੍ਹਾ ਪੇ ਅੱਛੀ ਗਊਸ਼ਾਲਾ ਮੇ ਪਹੁੰਚਾਉਂਗੀ ਤਾਂ ਕਿ ਉਨਕੀ ਕੇਅਰ ਹੋ ਸਕੇ ਅਗਰ ਵੋ ਨਹੀਂ ਸੰਭਾਲ ਸਕਤੀ ठीक है और मैं चाहूंगी प्रशासन उनके खिलाफ सख्त से सख्त कार्रवाई करे क्योंकि इन जैसों से चार लोग और सीखेंगे पुलिस ने इन्फॉर्म कर दिया तो बिल्कुल जी पुलिस को इन्फॉर्म कर दिया है दे सेड के एक रिटर्न एप्लीकेशन दे दी जाए हम बस रात के लिए इसको यहाँ रख रहे हैं सुबह हम इसको शिफ्ट कराएंगे मेडिकल करा के ठीक है मैम थैंक यू सो मच